de cosas. ਨਮਸਕਾਰ ਦੋਸਤੋ, ਮੈਂ ਕਿਰਨ ਵਸੇਸ ਲੈ ਕੇ ਹਾਜ਼ਰ ਹਾਂ ਕਰੰਟ ਸ਼ੋਅ 'ਤੇ। ਕਰੰਟ ਸ਼ੋਅ ਵਿੱਚ ਗੱਲ ਕਰਦੇ ਹਾਂ ਕਿ ਤੁਹਾਨੂੰ ਜੋ ਤਸਵੀਰਾਂ ਅਸੀਂ ਦਿਖਾਉਣ ਜਾ ਰਹੇ ਹਾਂ, ਉਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਆਖਿਰਕਾਰ ਜਾ ਕਿੱਧਰ ਰਹੀ ਹੈ। ਕੋਈ ਵੀ ਕਿਸੇ ਨੂੰ ਪਕੜ ਕੇ ਉਹਦੀ ਛਿੱਤਰ ਪਰੇਡ ਕਰ ਦਿੰਦਾ, ਲੇਕਿਨ ਕਾਨੂੰਨ ਤਾਂ ਕੁਛ ਰਿਹਾ ਹੋਏਗਾ ਜ਼ਰੂਰ। ਪਰ ਸਾਰੀ ਗੱਲ ਦੱਸਣ ਤੋਂ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਦਿਖਾਉਣੀ ਚਾਹਾਂਗੇ ਜੋ ਕਿ ਕਪੂਰਥਲਾ ਦੇ ਕੋਲ ਪਿੰਡ ਕਾਦੋਪੁਰ ਦੀਆਂ ਨੇ। ਇੱਕ ਵਿਅਕਤੀ ਨੂੰ ਲੋਕਾਂ ਵੱਲੋਂ ਕਿਉਂ ਕੁੱਟਿਆ ਮਾਰਿਆ ਜਾ ਰਿਹਾ, ਇਹ ਵੀ ਤੁਹਾਨੂੰ ਦੱਸਾਂਗੇ। ਪਹਿਲਾਂ ਤੁਸੀਂ ਤਸਵੀਰਾਂ ਵੇਖੋ। ਓਏ ਬਸ ਮੁੰਡੇ ਮੁੰਡੇ ਥਾਣੇ ਲੈ ਜਾਓ ਯਾਰ ਆਪਣੀ। ਇਹ ਵਿਅਕਤੀ ਕੋਈ ਆਮ ਵਿਅਕਤੀ ਨਹੀਂ ਹੈ, ਇਹ ਵਿਅਕਤੀ ਹੈ ਜੀ ਜ਼ਿਲ੍ਹਾ ਕਾਂਗਰਸ ਚੇਅਰਮੈਨ ਜ਼ਿਲ੍ਹਾ ਸੈੱਲ ਗਵੀਰੀਅਸ ਕਪੂਰਥਲਾ ਦਾ ਚੇਅਰਮੈਨ ਦਰਸ਼ਨ ਲਾਲ। ਇਸ ਨੂੰ ਕੁੱਟਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਇਸ ਦੇ ਘਰ ਦੇ ਵਿੱਚ ਦੋ ਦਲਿਤ ਭੈਣਾਂ ਕੰਮ ਕਰਦੀਆਂ ਸੀਗੀਆਂ। ਇਸ ਵਿਅਕਤੀ ਨੇ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ, ਰਾਣਾ ਗੁਰਜੀਤ ਰਾਣਾ ਦੀਆਂ ਤਸਵੀਰਾਂ ਹਨ ਅਤੇ ਕਾਫੀ ਨੇੜਤਾ ਵੀ ਦੱਸੀ ਜਾ ਰਹੀ ਹੈ। ਇਸ ਵਿਅਕਤੀ ਨੇ ਉਹਨਾਂ ਦੋਨਾਂ ਭੈਣਾਂ ਨੂੰ ਕਮਰੇ ਵਿੱਚ ਬੰਦ ਕਰਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਕ ਭੈਣ ਨੇ ਰੌਲਾ ਪਾਇਆ, ਉਸ ਤੋਂ ਬਾਅਦ ਪਬਲਿਕ ਇਕੱਠੀ ਹੋ ਗਈ ਅਤੇ ਉਦੋਂ ਬਾਅਦ ਤੁਸੀਂ ਤਸਵੀਰਾਂ ਦੇਖ ਹੀ ਲਈਆਂ ਕਿ ਕੀ ਹਸ਼ਰ ਹੋਇਆ ਇਸ ਦਰਿੰਦੇ ਦਾ। ਸੁਣੋ ਤੁਸੀਂ ਕੀ ਕਹਿਣਾ ਸੀ ਇਸ ਤੋਂ ਬਾਅਦ ਪਬਲਿਕ ਦਾ, ਪੁਲਿਸ ਅਧਿਕਾਰੀ ਦਾ ਅਤੇ ਇਸ ਬੱਚੀ ਦੇ ਮਾਪੇ ਅਤੇ ਖੁਦ ਬੱਚੀ ਦਾ। ਇਹ ਸਭ ਕੁਝ ਦੱਸਣਾ ਜ਼ਰੂਰੀ ਹੈ ਕਿ ਆਖਿਰਕਾਰ ਸੱਚਾਈ ਕੀ ਹੈ, ਕਿਸ ਤਰ੍ਹਾਂ ਦੇ ਆਰੋਪ ਦਰਸ਼ਨ ਲਾਲ ਉੱਪਰ ਲੱਗੇ ਨੇ ਅਤੇ ਦਰਸ਼ਨ ਲਾਲ ਨੂੰ ਲੋਕਾਂ ਨੇ ਮੌਕੇ 'ਤੇ ਹੀ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ, ਪਰੰਤੂ ਕੁਝ ਸੋਝਵਾਨ ਲੋਕਾਂ ਨੇ ਉਸ ਨੂੰ ਥਾਣੇ ਤੱਕ ਲੈ ਗਏ। ਸੁਣੋ ਕੀ ਕੁਛ ਕਹਿਣਾ ਲੋਕਾਂ ਦਾ। ਥੋੜ੍ਹਾ ਉੱਚੀ ਬੋਲੋ। ਕਿੰਨਾ ਪਰਿਵਾਰ ਤੁਹਾਡਾ ਔਰ ਕੀ ਕਰਦੇ ਸਾਰਾ ਪਰਿਵਾਰ? ਅਸੀਂ ਬਸ ਪੰਜ ਚਾਰ ਬੇਟੀਆਂ ਮੇਰੇ ਨਾਲ। ਹਾਂ, ਛੋਟਾ ਬੇਟਾ। ਹਾਂ, ਡੈਡੀ ਨਾਲ ਟੋਟਾ ਚਲਾਉਂਦੇ। ਹੂੰ, ਸਾਰਾ ਪਰਿਵਾਰ ਜਿੱਦਾਂ ਆਪਣਾ ਕਹਿੰਦੇ ਨੇ ਕੰਮ ਧੰਦਾ ਕਰਕੇ ਗੁਜ਼ਾਰਾ ਕਰਦੇ। ਹੂੰ, ਬੇਟਾ ਛੋਟਾ। ਸਾਰਾ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਦਾ? ਹਾਂ ਜੀ, ਸਾਰੇ ਕਰਦੇ। ਤੇ ਇਹ ਘਟਨਾ ਕਿੰਨੇ ਕੁ ਦਿਨ ਹੋ ਗਏ ਇਹਨਾਂ ਨੂੰ ਜਾਂਦੇ ਉੱਥੇ ਕੰਮ ਕਰਦੇ ਨਾਲ? ਬਾਕੀ ਹੋਇਆ। ਹੂੰ ਹੂੰ, ਤੇ ਮੌਕੇ ਤੇ ਕੀ ਬੂਹੇ ਤੋੜ ਕੇ? ਹਾਂਜੀ ਹਾਂਜੀ, ਬੂਹਾ ਤੋੜ ਕੇ ਕੱਢੀ ਹੈ ਜੀ ਇਹਨਾਂ ਦੇ ਤਾਏ ਨੇ ਤੇ ਇਹਨਾਂ ਦੇ ਤਾਏ ਦੇ ਬੇਟੇ ਨੇ। ਹੂੰ ਹੂੰ, ਕੀ ਕਹੋਗੇ ਇਹੋ ਜਿਹੇ ਜਿਹੜੇ ਹੈਵਾਨ ਆ ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ? ਸਜ਼ਾ ਤੋਂ ਵੱਧ ਤੋਂ ਵੱਧ ਭਾਈ ਜੋ ਵੀ ਸਜ਼ਾ ਕਹਿੰਦੇ ਉਹ ਨਕਲੀ ਵੱਧ ਤੋਂ ਵੱਧ ਦੇਵੇ, ਜਿਹੜੀ ਗਾਂਹ ਕੇ ਸਰੰਦਰ ਸੀ ਨਾ ਹਰ ਸਰੰਦਰ ਬਾਬ ਅੱਜ ਘਟਨਾ ਹੋਈ ਸਾਡੀ ਜ਼ਬਰਦਸਤੀ ਕਰਨ ਦੀ ਕੀਤੀ ਉਹ ਕੁੜੀ ਨਾਲ। ਹਾਂ, ਦਰਸ਼ਨ ਲਾਲ
ਕਿੱਦਾਂ ਮੌਕੇ ਤੇ ਕੀ ਘਟਨਾ ਕਿੱਦਾਂ ਹੋਈ ਸਾਰੀ? ਇਹ ਹੁਣ ਜੀ ਮੈਂ ਮੌਕੇ ਤੇ ਤਾਂ ਲਿਖੂੰਗਾ, ਉੱਥੇ ਕੁੜੀ ਨੇ ਦੱਸਿਆ ਵੀ ਜ਼ਬਰਦਸਤੀ ਕੀਤੀ। ਕੀ ਮੰਗਦੇ ਕੀ ਕੀ ਤੁਹਾਡੀ? ਸਾਡੀ ਮੰਗ ਕੋਈ ਨਹੀਂ ਜੀ, ਉਹਨੂੰ ਸਿਰਫ ਅਸੀਂ ਪਰਚਾ ਦੇਣਾ ਉੱਥੇ ਅੰਦਰ ਕਰਵਾਉਣਾ। ਕੀ ਨਾਮ ਕੀ ਕੀ ਹੈ ਜੀ? ਹਾਂਜੀ, ਕਿਹੜਾ ਪਿੰਡ ਵਾ? ਅੱਜ ਕੀ ਗੱਲ ਕੀ ਹੋਈ ਸੀ? ਅੱਜ ਅਸੀਂ ਝਾੜੂ ਪੋਚਾ ਕਰਨਾ ਰੋਜ਼ ਦੀ ਤਰ੍ਹਾਂ ਜਿੱਦਾਂ ਜਾਂਦੇ ਹਾਂ ਸਫਾਈ ਕਰਨ, ਅੱਜ ਵੀ ਗਏ ਉਹਨੇ ਕਮਰੇ ਦੀ ਕੁੰਡੀ ਲਾ ਦੀ, ਮੈਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਅਤੇ ਮੈਂ ਆਪਣੀ ਭੈਣ ਨੂੰ ਦੱਸਿਆ ਤਾਂ ਉਹ ਘਰੋਂ ਬੁਲਾ ਕੇ ਲਈ ਸਾਰਿਆਂ ਨੂੰ, ਫਿਰ ਜਦੋਂ ਘੱਟ ਕੇ ਉਹਨਾਂ ਨੂੰ ਕੱਢਿਆ। ਅੱਛਾ, ਕੀ ਨਾਮ ਸੀ ਜਿਹੜੇ ਬੰਦੇ ਵੱਲੋਂ ਇਹ ਹਰਕਤ ਕੀਤੀ ਗਈ? ਦਰਸ਼ਨ। ਅਰੇ, ਕਿੰਨੇ ਟਾਈਮ ਤੋਂ ਉੱਥੇ ਕੰਮ ਕਰਦੇ ਸੀ? ਹਫ਼ਤਾ ਹੀ ਹੋਇਆ ਹੁਣ ਹੁੰਦਾ ਜਾਂਦਾ। ਉਮਰ ਕਿੰਨੀ ਉਹਨਾਂ ਦੀ? ਉਮਰ ਉਹਨਾਂ ਦੀ 60 ਸਾਲ ਹੋ ਗਈ। ਥਾਣਾ ਕਤਵਾਲੀ ਦੇ ਏਰੀਆ ਵਿੱਚ ਪਿੰਡ ਕਾਦੂਵਾਲ ਆਉਂਦਾ, ਉੱਥੋਂ ਲੜਕੀ ਹਰਪ੍ਰੀਤ ਹੈ, ਉਹ ਦਰਸ਼ਨਾਂ ਦੇ ਘਰ ਜਿੱਦਾਂ ਸਫਾਈ ਵਗੈਰਾ ਦਾ ਕੰਮ ਕਰਦੀ ਹੈ ਅਤੇ ਇਹ ਕਹਿੰਦੇ ਕੋਈ ਸਿਰਸੜ ਦਾ ਮਾਮਲਾ ਦੱਸਦੇ ਹੈ ਇਹ ਆਪਣੇ, ਇਹਨਾਂ ਦਾ ਬਿਆਨ ਲੈਂਦੇ ਹਾਂ, ਜੋ ਬਿਆਨ ਦੇ ਮੁਤਾਬਕ ਇਨਵੈਸਟੀਗੇਸ਼ਨ ਜੋ ਵੀ ਆਇਆ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ। ਔਰ ਕੀ ਘਟਨਾ ਹੋਈ ਸਾਰੀ? ਇਹ ਮੇਰਾ ਨਾਂ ਹੈਗਾ ਜੀ ਸਰਦਾਰ ਨਰਿੰਦਰਪਾਲ ਸਿੰਘ ਜੀ, ਅਤੇ ਮੈਨੂੰ ਸਵੇਰੇ ਪਿੰਡੋਂ ਫੋਨ ਆਇਆ 9 ਵਜੇ ਦੇ ਗਏ ਅਤੇ ਦਰਸ਼ਨ ਲਾਲ ਨੇ ਆਪਣੇ ਪਿੰਡ ਦੀ ਕੁੜੀ ਜਿਹੜੀ ਸੀਗੀ ਅੰਦਰ ਕੰਮ ਕਰਨ ਗਈ ਆ, ਉਹਦੇ ਅੰਦਰ ਦੋਨੇ ਭੈਣਾਂ ਕੰਮ ਕਰਨ ਗਈਆਂ ਆ ਅਤੇ ਵੱਡੀ ਨੂੰ ਮਰਵਾੜ 'ਚ ਉਹਨੂੰ ਕੁੰਡੀ ਲਾ ਲਈ ਆ, ਛੋਟੀ ਭੈਣ ਨੇ ਰੌਲਾ ਰੌਲਾ ਪਾਇਆ ਉਹਨੂੰ ਛੱਡਿਆ ਨਹੀਂ ਗਾ ਅੰਦਰੋਂ, ਉਸ ਤੋਂ ਬਾਅਦ ਹੁਣ ਆਪਣੀ ਮਾਂ ਨੂੰ ਜਾ ਕੇ ਲਿਆ ਕੇ ਬੂਹਾ ਖਿਲਾਇਆ ਵਾ, ਉਸ ਤੋਂ ਬਾਅਦ ਅਸੀਂ ਵੀ ਉੱਥੇ ਪਹੁੰਚ ਗਏ ਹਾਂ ਅਤੇ ਸਾਰੇ ਪਿੰਡ ਪਹੁੰਚਿਆ ਉੱਥੇ, ਪਿੰਡ ਫਿਰ ਵੀ ਬੂਹਾ ਨਹੀਂ ਖੋਲ੍ਹਦੇ, ਅਸੀਂ ਟੱਕਿਆ ਵੀ ਆ ਪਿੰਡ ਵਾਲੇ ਕਹਿੰਦੇ ਠਹਿਰ ਪੁਲਿਸ ਵਾਲਿਆਂ ਨੂੰ, ਪੁਲਿਸ ਨੂੰ ਫੋਨ ਵੀ ਕੀਤਾ, ਪੁਲਿਸ ਨੂੰ ਘੰਟਾ ਹੀ ਫੋਨ ਕਰਦੇ ਨੇ, ਪੁਲਿਸ ਨਹੀਂ ਪਹੁੰਚੀ ਉੱਥੇ। ਉਸ ਤੋਂ ਬਾਅਦ ਅਸੀਂ ਅਤੇ ਮੈਂ ਵੀ ਟੱਕਦਾ ਰਿਹਾ, ਪਰ ਟੱਕਣ 'ਤੇ ਮੇਰੀ ਇੰਨੀ ਮੰਡੀਰ ਕੱਟੀ ਵੀ ਨਹੀਂ ਟੱਕੀ ਗਈ, ਤਾਂ ਉਹ ਮੁੜ ਕੇ ਨਾ ਬੂਹਾ ਖੋਲ੍ਹ ਕੇ ਅੰਦਰ ਉਹਨੂੰ ਕੱਢਿਆ ਵੀ ਕੁੱਟਿਆ, ਫਿਰ ਕੁੱਟਣ ਤੋਂ ਵੀ ਬਚਾਇਆ ਵਾ, ਉਹਨੂੰ ਸਾਰਿਆਂ ਇਕੱਠੇ ਹੋ ਕੇ ਉੱਥੇ ਪੈ ਪੈ ਕੇ ਵੀ ਉਹਨੂੰ ਬਚਾਉਂਦੇ ਰਹੇ ਹਾਂ, ਉਹਨੇ ਮੂਵੀ ਆਪਣੀਆਂ। ਪਰ ਇਹਨੂੰ ਜਿਹੜੀ ਆ ਦਰਸ਼ਨ ਨਾਲ ਨੇ ਹਰਕਤ ਬਹੁਤ ਮਾੜੀ ਕੀਤੀ ਹੈ ਅਤੇ ਇਹਦੇ ਸੰਬੰਧ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਅਤੇ ਇਹ ਅਸੀਂ ਇਹਨੂੰ ਵੱਧ ਤੋਂ ਵੱਧ ਸਜ਼ਾ ਜਿਹੜੀ ਆ ਪਿੰਡਾਂ ਨੂੰ ਜਿੱਦਾਂ ਪਿੰਡ ਦੇ ਕਹਿਣ 'ਤੇ ਦਵਾਈ ਆ। ਕਿੰਨੀ ਕਿੰਨੀ ਉਮਰ ਕਿੰਨੀ ਸੀ ਦਰਸ਼ਨ ਲਾਲ ਦੀ? ਦਰਸ਼ਨ ਲਾਲ ਦੀ ਉਮਰ ਜੀ ਅਸੀਂ 25 ਦੀ ਗਏ ਸਾਰੇ 65 ਰਿਟਾਇਰ ਹੋਇਆ ਨਾ ਮੈਂ। ਨਹੀਂ ਤਾਂ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਵਾ? ਕਾਂਗਰਸ ਨਾਲ ਪਾਰਟੀ ਨਾਲ ਸੰਬੰਧ ਆ, ਉਹਦੇ ਤਾਂ ਆਪਣੇ ਪਿੰਡ ਦਾ ਮੈਂਬਰ ਪੰਚਾਇਤ ਜਿਹੜੀ ਮੈਂਬਰ ਪੰਚਾਇਤ ਦੇ ਘਰ ਵਾਲੀ ਬਣੀ ਸਾਡੇ ਨਾਲ। ਕੀ ਗੱਲ ਕੀ ਹੋਈ ਅੱਜ? ਕੁੜੀ ਘਰ ਦੇ ਵਿੱਚ ਕੰਮ ਕਰਨ ਜਾਂਦੀ, ਥੋੜੇ ਦਿਨਾਂ ਤੋਂ ਕੰਮ ਕਰਨ ਜਾਂਦੀ ਹੈ। ਅੱਛਾ, ਦੋਨੋਂ ਭੈਣਾਂ ਗਈਆਂ ਵਾ, ਇੱਕ ਕੁੜੀ ਝਾੜੂ ਲਾਉਂਦੀ, ਦੂਸਰੀ ਉਹਨਾਂ ਦਾ ਦੂਸਰਾ ਕੰਮ ਕਰਦੀ। ਅੱਛਾ, ਉਹਨੇ ਜ਼ਬਰਦਸਤੀ ਕੀਤੀ ਕੁੜੀ ਦਾ, ਬਦਤਮੀਜ਼ੀ ਕੀਤੀ। ਕੌਣ ਕਿ ਬੰਦਾ ਕੌਣ ਸੀ, ਕੀ ਨਾਮ? ਦਰਸ਼ਨ ਉਹਦਾ ਨਾਮ ਆ, ਕਾਂਗਰਸ ਦਾ ਪੁੱਤਾਂ। ਅੱਛਾ, ਬਰੋਬਰ ਤੋਂ ਦੀ ਸੀ। ਤੁਸੀਂ ਸੁਣਿਆ ਕੀ ਕੁਛ ਕਿਹਾ ਲੋਕਾਂ ਨੇ, ਪਬਲਿਕ ਦਾ ਕੀ ਕਹਿਣਾ ਸੀਗਾ, ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀਗਾ? ਇਹ ਦੋਨੋਂ ਪੈਣਾ ਕੁਛ ਹੀ ਸਮੇਂ ਪਹਿਲਾਂ ਇਹਨਾਂ ਕੋਲ ਕੰਮ ਕਰਨ ਲੱਗੇ ਸੀਗੇ, ਲੇਕਿਨ ਇਸ ਦਰਿੰਦਰ ਨੇ ਆਪਣੇ ਹਵਸ ਬਜਾਉਣ ਵਾਸਤੇ ਇਹਨਾਂ ਨੂੰ ਕਮਰੇ ਵਿੱਚ ਬੰਦ ਕਰ ਲਿਆ, ਪਰੰਤੂ ਸ਼ੋਰ ਮਚਾਉਣ ਮਗਰੋਂ ਇਹ ਦਰਿੰਦਾ ਆਪਣੀ ਕਾਰ ਇਹਨਾਂ ਹਰਕਤ ਵਿੱਚ ਕਾਮਯਾਬ ਨਹੀਂ ਹੋ ਸਕਿਆ, ਜਿਸ ਲਈ ਪੁਲਿਸ ਨੇ ਇਸ ਨੂੰ ਪਕੜ ਲਿਆ। ਤੁਹਾਨੂੰ ਦੱਸ ਦੇ ਕਿ ਇਸ ਦੀ ਉਮਰ 50 ਸਾਲ ਤੋਂ ਵੱਧ ਦੱਸੀ ਜਾ ਰਹੀ ਅਤੇ ਇਸ ਉਮਰ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਦੀ ਦਰਿੰਦਗੀ ਨੂੰ ਅੰਜਾਮ ਦੇਣ ਜਾ ਰਿਹਾ ਸੀਗਾ। ਇੱਕ ਪਾਸੇ ਤਾਂ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਕਾਂਗਰਸ ਦੇ ਵਿੱਚ ਹੀ ਰਹਿ ਕੇ ਕੰਮ ਕਰਨ ਵਾਲੇ ਇਹੀ ਜਿਹੇ ਲੋਕ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਕਰਨ ਵਿੱਚ ਲੱਗੇ ਹੋਏ ਹਨ। ਹਾਲ ਹੀ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਵੀ ਇੱਕ ਐਸੀ ਹੀ ਵੀਡੀਓ ਵਾਇਰਲ ਹੋਈ ਸੀ, ਜੋ ਕਿ ਅਸ਼ਲੀਲ ਵੀਡੀਓ ਸੀਗੀ, ਉਹਦੇ ਬਾਰੇ ਤੁਸੀਂ ਸਾਰੇ ਭਲੀ ਪੰਥੀ ਹੋ, ਉਹ ਵੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀਗੇ।
ਸੋ ਆਖਿਰਕਾਰ ਪੰਜਾਬ ਦੀ ਕਾਨੂੰਨ ਵਿਵਸਥਾ ਜਾ ਕਿਤੇ ਰਹੀ ਹੈ? ਤੁਸੀਂ ਖੁਦ ਹੀ ਦੱਸ ਸਕਦੇ ਹੋ ਕਿ ਇਹਨਾਂ ਤਸਵੀਰਾਂ ਦੀ ਜੋ ਸੱਚਾਈ ਹੈ ਉਹ ਚੀਕ ਚੀਕ ਕੇ ਦੱਸ ਰਹੀ ਹੈ ਕਿ ਇਹਨਾਂ ਮਾਸੂਮ ਬੱਚਿਆਂ ਨੂੰ ਜੋ ਕਿ ਆਪਣਾ ਪੇਟ ਪਾਲਣ ਵਾਸਤੇ ਇਹਨਾਂ ਕੋਲ ਕੰਮ ਕਰਨ ਲਈ ਆਇਆ ਸੀਗੇ, ਇਹ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅਤੇ ਸ਼ੋਰ ਪਾਉਣ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ। ਬਾਕੀ ਪੁਲਿਸ ਜਾਂਚ ਦਾ ਵਿਸ਼ਾ ਹੈ, ਜਾਂਚ ਕਰ ਰਹੀ ਹੈ, ਇਸ ਵਿੱਚ ਕੀ ਸੱਚਾਈ ਹੈ ਸਭ ਕੁਛ ਸਾਹਮਣੇ ਆ ਜਾਏਗਾ। ਦੁੱਧ ਮੰਗੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਏਗਾ। ਤਸਵੀਰਾਂ ਜੋ ਜ਼ਾਹਿਰ ਕਰ ਰਹੀਆਂ ਨੇ ਉਹ ਵੀ ਤੁਹਾਡੇ ਸਾਹਮਣੇ ਆ। ਸੋ ਇਸੇ ਤਰ੍ਹਾਂ ਦੇਖਦੇ ਰਹੋ ਕਰੰਟ ਸ਼ੋਅ, ਦੇਖਦੇ ਰਹਿਣਾ ਏਵਨ ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ।